ਸਾਨੂੰ ਪਤਾ ਹੀ ਨਹੀਂ ਭਾਈ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਭਾਈ? ਤੁਸੀਂ ਪ੍ਰੈਂਕ ਕਰਤਾ? ਬਸ ਇਦਾਂ ਹੀ। ਵਾਹ, ਜਾਣਾ ਮੈਂ ਵੀ ਨਾਲ। ਅਸਲਾਮ ਵਾਲੇਕੁਮ ਜੀ, ਵੈਲਕਮ ਬੈਕ ਯੂਟਿਊਬ ਚੈਨਲ ਤੇ ਹੋਰ ਵਲੌਗ। ਅੱਜ ਦਾ ਸੀਨ ਇੱਦਾਂ ਦਾ ਵਾ ਕਿ ਭਾਈ ਆਏ ਹੋਏ ਆ ਤੇ ਅੱਜ ਟੂਰ ਹੈਗਾ ਵਾ, ਟਰੈਵਲਿੰਗ ਟੂ ਟੋਬਾ ਪਾਰਟ 2। ਪਹਿਲਾ ਪਾਰਟ ਸ਼ਾਇਦ ਤੁਸੀਂ ਦੇਖਿਆ ਹੋਵੇ, ਹੁਣ ਦੂਸਰਾ ਪਾਰਟ। ਅਸੀਂ ਜਾ ਰਹੇ ਹਾਂ ਭਾਈ ਦੇ ਨਾਲ ਟੋਬੇ, ਅਤੇ ਭਾਈ ਦਾ ਦੋਸਤ ਆ ਗਏ, ਹੁਣ ਮਿਲਣਗੇ ਭਾਈ ਨਾਲ। ਭਾਈ ਪਰੇ ਦੇਖੋ, a few moments later. ਲਾਗੇ ਨੂੰ ਲੇਕਿਨ ਤਿਆਰ ਹੋ ਗਿਆ, ਹੁਣ ਜਾਣਾ ਘਰ ਫਿਰ ਮਲ ਸ਼ਹਿਰ ਵਾਪਸ। ਅਤੇ ਭਾਈ ਦੇ ਇਲਾਜ ਚੈੱਕ ਕਰੋ, ਵੀ ਦੁਬਈ ਚ ਇੰਨਾ ਟਾਈਮ ਨਹੀਂ ਲੱਗਾ ਜਲਦੀ ਜਲਦੀ, ਕਹਿੰਦੇ ਕਾਲ ਦਾ ਹੀ ਸਾਡਾ ਕੰਮ ਹੋ ਜਾਂਦਾ, ਇੱਥੇ ਲਾਈਟ ਚਲੇ ਗਈ ਇਸ ਵਜ੍ਹਾ ਤੋਂ ਲੇਟ ਹੋ ਗਏ। ਚੈੱਕ ਕਰੋ ਭਾਈ, ਲੱਗ ਗਿਆ ਜੋ ਲੱਗ ਗਿਆ, ਬਸ ਚਲੇ ਜਾਣਾ ਤੇ ਮੈਂ ਅੱਗੇ ਲੱਗਣਾ ਵਾ ਜਿਹੜਾ ਇੱਥੇ ਇੰਜਨ ਦੇ ਅੱਗੇ ਨਾ। A few moments later, ਅਲੀ ਮੋਟਰਸਾਈਕਲ ਲੈ ਕੇ ਪਹੁੰਚ ਗਏ ਆਪਣੇ ਸ਼ਹਿਰ ਅਲੀ ਬਾਬਾ ਵਾਲਿਆਂ ਦੇ। ਤੁਹਾਨੂੰ ਮਠਿਆਈ ਸ਼ਠਿਆਈ ਲਵਾਂਗੇ ਘਰ ਲੈ ਕੇ ਜਾਣੀ। ਚੈੱਕ ਕਰ ਲਓ ਸ਼ਹਿਰ ਸਾਡਾ, ਵੀ ਮਲ ਸ਼ਹਿਰ। ਜਿੱਦਾਂ ਕਿ ਤੁਹਾਨੂੰ ਪਤਾ ਬਾਈ ਸ਼ਬਾਦ ਆ ਗਏ ਸੀ, ਸ਼ਾਇਦ ਤੁਸੀਂ ਪਹਿਲਾਂ ਕਲਿੱਪ ਦੇਖਿਆ ਹੋਵੇ। ਅਤੇ ਅਸੀਂ ਆਏ ਹਾਂ ਅੱਜ ਆਊਟਿੰਗ ਦੇ ਬਾਹਰ ਘੁੰਮਣ ਫਿਰਨ, ਔਰ ਸਾਜਾ ਨਾਲ ਪਾਰਕ ਆ ਅਤੇ ਸਰਪ੍ਰਾਈਜ਼ ਦਿੱਤਾ ਸੀ ਭਾਈ ਨੇ। ਚੈੱਕ ਕਰੋ ਵੀਓ। ਅਤੇ ਹਾਂਜੀ, ਅੱਜ ਦਾ ਵਲੌਗ ਸੀਗਾ ਇੰਨਾ ਕਿ ਯਾਰ ਇੱਕ ਤਾਂ ਨੋਟੀਫਿਕੇਸ਼ਨ ਵੀ ਉਦੋਂ ਹੀ ਆਉਣੇ ਹੁੰਦੇ ਆ ਜਦੋਂ ਬੰਦਾ ਕੈਮਰਾ ਖੋਲ੍ਹਦਾ। ਮੇਰੇ ਨਾਲ 3 ਦਫ਼ਾ ਇੱਦਾਂ ਹੋ ਗਿਆ, ਲਾਈਕ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਅਤੇ ਵੀਡੀਓ ਲਾਈਕ ਕਰਨੀ। ਮਿਲਦਾ ਇਨਸ਼ਾਅੱਲਾ ਨੈਕਸਟ ਵਲੌਗ 'ਚ। ਓਕੇ, ਹਾਫਿਜ਼।